ਲੈਟ ਦੀ ਗੱਲ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਬਣਾਈ ਗਈ ਐਸਐਸਐਫ ਦਾ ਕੰਮ ਹੁਣ ਜ਼ਮੀਨੀ ਪੱਧਰ ਦੇ ਉੱਤੇ ਵੀ ਦਿਖਣ ਲੱਗ ਗਿਆ। ਦਰਅਸਲ ਭਵਾਨੀਗੜ੍ਹ ਦੇ ਵਿੱਚ ਐਸਐਸਐਫ ਨੇ ਇੱਕ ਜ਼ਖਮੀ ਵਿਅਕਤੀ ਦੀ ਜਾਨ ਬਚਾਈ ਹੈ। ਕਿਹਾ ਜਾ ਰਿਹਾ ਕਿ ਐਸਐਸਐਫ ਦੇ ਵੱਲੋਂ ਕੀਤੀ ਗਈ ਇਹ ਹੱਲੇ ਭਵਾਨੀਗੜ੍ਹ 'ਚ ਪਹਿਲੀ ਮਦਦ ਸੀ। ਤਾਂ ਦਰਅਸਲ ਤੁਹਾਨੂੰ ਪੂਰੀ ਮਾਮਲੇ ਦੀ ਜਾਣਕਾਰੀ ਦੇ ਦਈਏ ਕਿ ਭਵਾਨੀਗੜ੍ਹ ਦੇ ਵਿੱਚ ਇੱਕ ਬੁਲਟ ਸਵਾਰ ਅਚਾਨਕ ਹੀ ਸੜਕ ਤੇ ਡਿੱਗਿਆ ਪਿਆ ਸੀ ਤੇ ਜਿਵੇਂ ਹੀ ਉਸਦੇ ਕੋਲੋਂ ਲੋਕ ਨਿਕਲੇ ਤਾਂ ਕੁਝ ਹੀ ਦੂਰੀ ਤੇ ਐਸਐਸਐਫ ਦੀ ਟੀਮ ਵੀ ਤੈਨਾਤ ਸੀ, ਜਿਨ੍ਹਾਂ ਨੇ ਜਾ ਕੇ ਐਸਐਸਐਫ ਨੂੰ ਮੌਕੇ ਦੇ ਉੱਤੇ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੱਤੀ। ਤਾਂ ਮੌਕੇ ਤੇ ਪਹੁੰਚੀ ਐਸਐਸਐਫ ਦੀ ਟੀਮ ਨੇ ਖੁਦ ਹੀ ਉਸ ਜ਼ਖਮੀ ਵਿਅਕਤੀ ਨੂੰ ਪਹਿਲਾਂ ਤਾਂ ਮੁੱਢਲੀ ਸਹਾਇਤਾ ਦਿੱਤੀ ਤੇ ਉਸ ਤੋਂ ਬਾਅਦ ਦੇ ਵਿੱਚ ਉਸ ਨੂੰ ਖੁਦ ਹੀ ਚੁੱਕ ਕੇ ਹਸਪਤਾਲ ਦੇ ਵਿੱਚ ਦਾਖਿਲ ਕਰਵਾਇਆ। ਦੂਜੇ ਪਾਸੇ ਹੁਣ ਇਸ ਕੰਮ ਦੀ ਐਸਐਸਐਫ ਦੀ ਹਰੇਕ ਪਾਸੇ ਤਾਰੀਫ ਹੋ ਰਹੀ ਹੈ, ਕਿਉਂਕਿ ਭਵਾਨੀਗੜ੍ਹ ਦੇ ਵਿੱਚ ਵੀ ਐਸਐਸਐਫ ਦੀ ਟੀਮ ਨੂੰ ਤੈਨਾਤ ਕੀਤਾ ਗਿਆ ਤੇ ਇਹ ਪਹਿਲਾ ਮਾਮਲਾ ਸੀ ਜਦੋਂ ਐਸਐਸਐਫ ਨੇ ਇੱਕ ਜ਼ਖਮੀ ਵਿਅਕਤੀ ਦੀ ਮਦਦ ਕੀਤੀ ਹੈ। ਤਾਂ ਦੱਸ ਦਈਏ ਕਿ ਪੰਜਾਬ ਸਰਕਾਰ ਦੇ ਵੱਲੋਂ ਇਹ ਐਸਐਸਐਫ ਨੂੰ ਸੜਕਾਂ ਦੇ ਉੱਤੇ ਤੈਨਾਤ ਕੀਤਾ ਗਿਆ, ਜਿਨ੍ਹਾਂ ਦਾ ਮੁੱਖ ਕੰਮ ਲੋਕਾਂ ਦੀ ਮਦਦ ਕਰਨੀ ਹੋਵੇਗਾ ਤੇ ਹਾਦਸੇ ਦੇ ਵਿੱਚ ਸਭ ਤੋਂ ਪਹਿਲਾਂ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣਾ ਐਸਐਸਐਫ ਦਾ ਮੁੱਢਲਾ ਕੰਮ ਰਹੇਗਾ। ਤਾਂ ਦੱਸ ਦਈਏ ਕਿ ਐਸਐਸਐਫ ਦਾ ਕੰਮ ਹੁਣ ਜ਼ਮੀਨੀ ਪੱਧਰ ਦੇ ਉੱਤੇ ਵੀ ਦਿਖਣ ਲੱਗ ਗਿਆ। ਮੈਂ ਨਾ ਇੱਕ ਸੱਚ ਨਾਲ ਮੈਂ ਦਿਲੋਂ ਮੇਰੀ ਤਾਂ ਸਿਰਫ ਸਿਰਫ ਅਜੇ 3 ਸਾਲ ਰਹਿੰਦੀ ਹੈ, ਮੈਂ ਆਹ ਮੁੰਡੇ ਦਾ ਬਲਵਿੰਦਰ ਦਾ ਰਿਕਾਰਡ ਕਰਦਾ, ਇਹਨੇ ਜਿੰਨੀ ਆਹ ਮੁੰਡੇ ਨੂੰ ਜਿਹੜਾ ਸਾਡੇ ਕੋਲ ਦੀਦੀ ਫਸਟ ਏਡ ਦਿੱਤੀ ਆ, ਇੱਕ ਨਾ ਇੱਕ ਡਾਕਟਰ ਦੀ ਤਰ੍ਹਾਂ ਇਹਨੂੰ ਫਸਟ ਏਡ ਦਿੱਤੀ ਆ, ਇਹਨੇ ਉਹਦੀ ਬਲੀਡਿੰਗ ਰੋਕਣ ਦੀ ਕੀਤੀ ਆ, ਇਹਨਾਂ ਬਹੁਤ ਸੋਹਣਾ, ਮੈਂ ਇਹਦੀ ਸ਼ਾਬਾਸ਼ ਦਿੰਦਾ, ਸਾਡੇ ਸਭ ਤੋਂ ਵਧੀਆ ਮੈਂਬਰ ਇਹ ਮੁੰਡਾ, ਬਹੁਤ ਸੋਹਣੀ ਫਸਟ ਏਡ ਦਿੱਤੀ ਆ ਵਿਚਾਰੇ ਨਾਲ ਦੇ ਨਾਲ ਉਹਦੀ ਬਿਲਡਿੰਗ ਦੀ ਰੋਕਣ ਦੀ ਕੋਸ਼ਿਸ਼ ਕੀਤੀ, ਇਹਨੇ ਆਪ ਖੁਦ ਉਹਦੇ ਸਿਰ ਦੇ ਉੱਤੇ ਪੱਟੀ ਲਾਈ, ਇਹਨੇ ਸਿਰ ਉਹਦੇ ਬਾਂਹਦੇ ਕੀਤੀ, ਇਹ ਵਿਚਾਰਾ ਇੱਕ ਨਾ ਜਿੰਨਾ ਕੁ ਜੋ ਹੋਇਆ ਇਹਨੇ ਪਿੱਛੇ ਆਪ ਖੁਦ ਨੂੰ ਵਿਚਾਰੇ ਨੂੰ ਚੱਕ ਕੇ ਪਿੱਛੇ ਬਹਿ ਗਿਆ ਸੀ ਨਾਲ ਦੇ ਨਾਲ ਹੋਸਪਿਟਲ 'ਚ ਲੈ ਕੇ ਗਏ। ਇਹਦੀ ਮੈਂ ਸ਼ਾਬਾਸ਼ ਦਿੰਦਾ, ਆਹ ਮੁੰਡਾ ਜਿਹੜਾ ਸਾਡਾ ਨਿਆਂ ਭਰਤੀ ਆ, ਅਜੇ 1 ਸਾਲ ਮੁੰਡੇ ਨੂੰ ਭਰਤੀ ਹੋਇਆ, ਸ਼ਾਬਾਸ਼ ਇਹ ਬੰਦੇ ਦੀ। ਇਹ ਆਪਣੀ ਜੋ ਮਾਣਯੋਗ ਮੁੱਖ ਮੰਤਰੀ ਸਾਹਿਬ ਦੁਆਰਾ ਇੱਕ ਪੰਜਾਬ ਪੁਲਿਸ ਦਾ ਨਵਾਂ ਵਿੰਗ ਤਿਆਰ ਕੀਤਾ ਗਿਆ, ਸੜਕ ਸੁਰੱਖਿਆ ਫੋਰਸ, ਜੋ ਕਿ ਸੜਕ 'ਤੇ ਹੋਣ ਵਾਲੇ ਕਿਸੇ ਵੀ ਤਰ੍ਹਾਂ ਦੇ ਐਕਸੀਡੈਂਟ ਨਾਲ ਜਿਹੜੇ ਕੋਈ ਪੇਸ਼ੈਂਟ ਵਗੈਰਾ ਨੇਗੇ ਉਹਨਾਂ ਦੀ ਮੁੱਢਲੀ ਸਹਾਇਤਾ ਕਰਨੀ ਅਤੇ ਉਹਨਾਂ ਨੂੰ ਸਮੇਂ ਸਿਰ ਹਸਪਤਾਲ ਪਹੁੰਚਾਉਣਾ। ਅੱਜ ਅਸੀਂ ਜੋ ਆਪਣੀ ਡਿਊਟੀ ਪੁਆਇੰਟ 'ਤੇ ਹਾਜ਼ਰ ਸੀਗੇ ਉੱਥੇ ਸਾਨੂੰ ਹੁਣੀ ਉੱਥੋਂ ਕੋਈ ਪਾਸ ਕੋਈ ਨੇੜੋਂ ਦੀ ਲੰਘ ਰਹੇ ਸੀਗੇ, ਉਹਨਾਂ ਨੇ ਸਾਨੂੰ ਆ ਕੇ ਦੱਸਿਆ, ਕਹਿੰਦੇ ਵੀ ਉੱਥੇ ਸੜਕ 'ਤੇ ਨਾ ਇੱਕ ਮੁੰਡਾ ਲਹੂ ਲਹਾਣ ਹੋਇਆ ਪਿਆ ਹੈਗਾ, ਵੀ ਉਹਨੂੰ ਤੁਸੀਂ ਜਾ ਕੇ ਮਦਦ ਕਰੋ। ਅਸੀਂ ਆਪਣੀ ਗੱਡੀ ਚੱਕੀ ਪਿੱਕ ਕਰੀ, ਉਹਨੂੰ ਉੱਥੋਂ ਦੇਖਿਆ ਸੀ, ਉਹਦਾ ਸਿਰ ਤੋਂ ਕਾਫੀ ਬਲੀਡਿੰਗ ਹੋ ਰਹੀ ਸੀ, ਲੱਗਦਾ ਜਿਵੇਂ ਸਿਰ ਪਾੜਿਆ ਹੋਵੇ, ਅਤੇ ਇੱਕ ਹੱਥ ਦੇ ਵਿੱਚੋਂ ਕਾਫੀ ਬਲੀਡਿੰਗ ਹੋ ਰਹੀ ਸੀ। ਅਸੀਂ ਜਿੰਨੀ ਕੁ ਸਾਨੂੰ ਜੋ ਮਤਲਬ ਸਿਖਾਇਆ ਗਿਆ ਗਾ, ਅਸੀਂ ਜਿੰਨਾ ਹੋ ਸਕਿਆ ਆਪਣੇ ਵੱਲੋਂ ਉਹਨਾਂ ਨੂੰ ਮੁੱਢਲੀ ਸਹਾਇਤਾ ਦਿੱਤੀ, ਉਹਨਾਂ ਦੀ ਬਲੀਡਿੰਗ ਬੰਦ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਹਨਾਂ ਨੂੰ ਸਿਵਲ ਹਸਪਿਟਲ ਭਵਾਨੀਗੜ੍ਹ ਲੈ ਕੇ ਆ ਗਏ। ਮੈਂ ASI ਰੈਂਕ ਦਾ ਹੈਗਾ ਸਰ, ਕਰਨੈਲ ਸਿੰਘ ਸਾਡਾ ਜਿਹੜਾ ਪੁਆਇੰਟ ਹੈਗਾ ਸਰ, ਸਰ ਫੱਗੂ ਵਾਲਾ ਕੈਂਚੀ ਹੈ ਜਿੱਦਾਂ ਇਹ ਪੁਆਇੰਟ ਹੈਗਾ, ਔਰ ਹੁਣੇ ਸੂਚਨਾ ਜਿੱਦਾਂ ਮਿਲੀ ਸੀ ਅਸੀਂ ਫਸਟ ਟਾਈਮ ਸਰ ਪਹੁੰਚੇ ਹਾਂ, ਜੋ ਵੀ ਕਾਰਵਾਈ ਸੀ ਉਹ ਸਾਰੀ ਅਸੀਂ ਕੀਤੀ ਹੈ। ਮੁੰਡਾ ਹਸਪਤਾਲ ਲਿਆਉਂਦਾ ਸਰ? ਬਿਲਕੁਲ ਲੈ ਕੇ ਆਏ ਹਾਂ ਜੀ, ਹੁਣੇ ਤੁਹਾਡੇ ਨਾਲ, ਬਿਲਕੁਲ ਜੀ, ਅਸੀਂ 5 ਮਿੰਟ ਦੇ ਵਿੱਚ ਹੀ ਉੱਥੋਂ ਚੱਲ ਕੇ ਸਰ ਇੱਥੇ ਤੱਕ, 5 ਮਿੰਟ ਦਾ ਸਮਾਂ ਜ਼ਿਆਦਾ ਕਹਿਤਾ, ਅਸੀਂ ਪਹੁੰਚ ਗਏ ਹਾਂ ਜੀ ਇੱਥੇ।